ਬਾਬਾ ਹੋਰ ਖਾਣਾ ਖੁਸ਼ੀ ਖਵਾਰੇ ਜਿੱਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਪੁਰਾਣੇ ਬਜ਼ੁਰਗ ਕਹਿੰਦੇ ਨੇ ਜਾਨ ਜੋੜੀ ਪਾਤਸ਼ਾਹੀ ਹੈ ਜਾਨੇ ਤਾਂ ਜਹਾਨ ਹੈ ਜਾਨ ਨਹੀਂ ਤਾਂ ਕੁਝ ਵੀ ਨਹੀਂ ਅਸੀਂ ਗੱਲ ਕਰਾਂਗੇ ਅੱਜ ਜਾਨ ਤੇ ਜ਼ਿੰਦਗੀ ਤੇ ਸਿਹਤ ਤੇ ਕਈ ਵਾਰੀ ਇਹ ਸੋ ਹੁੰਦਾ ਕਿ ਅਸੀਂ ਕੁਝ ਇਹੋ ਜੀ ਤਲੀਆਂ ਚੀਜ਼ਾਂ ਖਾ ਲੈਨੇ ਆ ਤੇ ਉਹਦੇ ਤਲੀਆਂ ਚੀਜ਼ਾਂ ਖਾਣ ਦੇ ਨਾਲ ਸਾਡਾ ਇਥੋਂ ਹਾਰਡ ਬਰਨਿੰਗ ਸ਼ੁਰੂ ਹੋ ਜਾਂਦੀ ਹੈ ਛਾਤੀ ਵਿੱਚ ਜਲਨ ਛਾਤੀ ਵਿੱਚ ਜਲਨ ਇਨੀ ਹੁੰਦੀ ਹੈ ਕਿ ਕਿੰਨੇ ਹੀ ਦਿਨ ਨਿਕਲ ਜਾਂਦੇ ਨੇ ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਨਿਕਲ ਜਾਂਦੇ ਨੇ ਪਰ ਅਸਾਨੂੰ ਰਾਹਤ ਨਹੀਂ ਮਿਲਦੀ ਅਸੀਂ ਜੋ ਵੀ ਸਾਨੂੰ ਕੋਈ ਵੀ ਸਾਡੇ ਬਜ਼ੁਰਗ ਮਾਤਾ ਮਾਂ ਕੁਝ ਵੀ ਦੱਸਦੇ ਆ ਨੇ ਸਾਰੇ ਨੁਕਸੇ ਅਪਣਾ ਲਈਦੇ ਨੇ ਡਾਕਟਰ ਦੀਆਂ ਸਲਾਹਾਂ ਵੀ ਲੈ ਲਈਆਂ ਜਾਂਦੀਆਂ ਨੇ ਸਾਰੇ ਰਾਹਤ ਨਹੀਂ ਮਿਲਦੀ ਬਹੁਤ ਤੰਗ ਹੁੰਨੇ ਆ ਕੀ ਕਰੀਏ ਕਿਉਂਕਿ ਸਮਝ ਆਏ ਸਿੱਕੇ ਮਸਾਲੇ ਨਹੀਂ ਖਾ ਸਕਦੇ ਮਿਰਚਾਂ ਤਲੀਆਂ ਚੀਜ਼ਾਂ ਇਹਨਾਂ ਸਾਰਿਆਂ ਤੋਂ ਇੱਕਦਮ ਜੀ ਪਰੇਜੀ ਹੋ ਜਾਂਦੀ ਹਰ ਇੱਕ ਚੀਜ਼ ਤੋਂ ਅਸੀਂ ਚਾਹੁੰਦੇ ਆ ਕਿ ਆ ਚੀਜ਼ਾਂ ਮੈਂ ਤਾਂ ਦੂਰ ਹੈ ਦਿਲ ਤਾਂ ਕਰਦਾ ਖਾਣ ਨੂੰ ਕਿਸਾ ਤਿਲ ਨਹੀਂ ਕਰਦਾ ਕਚੋਰੀਆਂ ਖਾਣ ਨੂੰ ਚ ਕਿਸ ਦਾ ਦਿਲ ਨਹੀਂ ਕਰਦਾ ਸਮੋਸੇ ਖਾਣ ਨੂੰ ਜਾਂ ਵਧਿਆ ਵਧਿਆ ਸਪਾਈਸੀ ਫੂਡ ਹੋਵੇ ਵਧਿਆ ਖਾਣਾ ਹੋਵੇ ਸਾਹਮਣੇ ਪਿਆ ਹੋਵੇ ਮੂੰਹ ਪਾਣੀ ਪੈ ਨਿਕਲਦਾ ਹੋਵੇ ਪਰ ਅਫਸੋਸ ਮੈਂ ਆਪਣੇ ਆਪ ਨੂੰ ਪਿੱਛੇ ਰੋਕਾਂ ਨਹੀਂ ਆ ਮੇਰੇ ਵਸਨੀਏ ਮੈਂ ਨਹੀਂ ਖਾ ਸਕਦਾ ਕਿਉਂ ਕਿ ਜੇ ਮੈਂ ਇਹਦਾ ਸੇਵਨ ਕਰਾਵਾਂਗਾ ਖਾਵਾਂਗਾ ਜਾਂ ਖਾਵਾਂਗੀ ਫਿਰ ਮੇਰੇ ਇਥੇ ਮੇਰੀ ਸਮੱਸਿਆ ਸ਼ੁਰੂ ਹੋ ਜਾਏਗੀ ਖੱਟੇ ਡਕਾਰ ਆਣਗੇ ਮੈਨੂੰ ਛਾਤੀ ਵਿੱਚ ਜਲਨ ਹੋਏਗੀ ਬਹੁਤ ਜ਼ਿਆਦਾ ਫਿਰ ਮੈਂ ਪਰੇਸ਼ਾਨ ਹੋਵਾਂਗਾ ਪੱਛੀ ਵਾਂਗੂੰ ਤੜਫਾਂਗਾ ਕਿ ਕੋਈ ਮੈਨੂੰ ਇਹੋ ਜੀ ਦਵਾਈ ਨੁਕਸਾ ਦੇ ਦੇਵੇ ਤਾਂ ਕਿ ਮਨ ਨੂੰ ਰਾਹਤ ਹੋ ਜਾਵੇ ਤਾਂ ਕਿ ਮੈਂ ਥੋੜਾ ਜਿਹਾ ਸੰਭਲ ਜਾਵਾਂ ਮੈਨੂੰ ਆਰਾਮ ਆ ਜਾਵੇ ਕਈ ਵਾਰੀ ਐ ਸਮੱਸਿਆ ਇੰਨੀ ਵੱਡੀ ਹੋ ਜਾਂਦੀ ਹੈ ਕਿ ਸਾਲਾਂ ਦੇ ਸਾਲ ਲੰਘ ਜਾਂਦੇ ਨੇ ਉਮਰਾਂ ਨਿਕਲ ਜਾਂਦੇ ਨੇ ਪਰ ਐ ਪ੍ਰੋਬਲਮ ਐ ਸਮੱਸਿਆ ਹੱਲ ਨਹੀਂ ਹੁੰਦੀ ਐ ਅੱਜ ਅਸੀਂ ਤੁਹਾਡੇ ਲਈ ਐ ਸਮੱਸਿਆ ਦਾ ਹੱਲ ਲੈ ਕੇ ਆਇਆ ਕਿ ਜਦੋਂ ਛਾਤੀ ਤੇ ਜ਼ਿਆਦਾ ਖੱਟੇ ਡਿਕਾਰ ਆਣ ਐਸਿਡ ਬਣਨ ਲੱਗੇ ਤੇ ਜੋ ਜ਼ਿਆਦਾ ਬਹੁਤ ਜ਼ਿਆਦਾ ਹੈਵੀਪਨ ਹੋ ਜਾਵੇ ਤੇਸ छाਤੀ ਤੋਂ ਛੜਦੀ ਹੈ ਜਲਨ ਹੁੰਦੀ ਹੈ ਬਹੁਤ ਜ਼ਿਆਦਾ ਜਲਨ ਕਰਦੀ ਹੈ ਕਈ ਵਾਰੀ ਕਹਿੰਦੇ ਨੇ ਸਾਡੇ ਬਜ਼ੁਰਗ ਮਾਤਾਵਾਂ ਕਿ ਜਦੋਂ ਕੋਈ ਔਰਤ ਗਰਭਤੀ ਹੁੰਦੀ ਹੈ ਨਾ ਤੇ ਉਹਦੇ ਕਹਿੰਦੇ ਬੱਚੇ ਦੇ ਵਾਲ ਹੁੰਦੇ ਨੇ ਉਹਦੇ ਕਰਕੇ ਉਹਨੂੰ ਹੁੰਦਾ ਪਰ ਇੱਥੇ ਮੈਂ ਗੱਲ ਕਰਾਂਗੀ ਕਿ ਸਮੱਸਿਆ ਸਿਰਫ ਔਰਤ ਦੀ ਨਹੀਂ ਹੈ ਸਮੱਸਿਆ ਸਾਰਿਆਂ ਦੀ ਹੈ ਅੱਛੇ ਬੰਦੇ ਵੀ ਹੁੰਦੇ ਨੇ ਔਰਤਾਂ ਵੀ ਹੁੰਦੇ ਨੇ ਕਿਉਂਕਿ ਸਾਡਾ ਇੱਕ ਚੰਗਾ ਖਾਣ ਪੀਣ ਨਹੀਂ ਹੁੰਦਾ ਖਾਣ ਪਾਣ ਸਾਡਾ ਚੰਗਾ ਨਾ ਹੋਣ ਕਰਕੇ ਅਸੀਂ ਹਰ ਇੱਕ ਚੀਜ਼ ਇਸ ਸਰੀਰ ਦੇ ਅੰਦਰ ਪਾਈ ਜਾਂਦੇ ਆ ਜੀ ਬਿਨਾ ਦੇਖੇ ਜੀ ਹੁਣ ਆ ਗਿਆ ਪਾਰਟੀ ਤੇ ਆ ਵੀ ਖਾ ਲੋ ਉਹ ਵੀ ਖਾ ਲੋ ਉਹ ਵੀ ਖਾ ਲੋ ਮਤਲਬ ਇਹ سلسلہ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਫਿਰ ਕਿਸੇ ਨਾ ਕਿਸੇ ਉਮਰ ਤੇ ਦਿਹਾੜ ਤੱਕ ਫਿਰ ਇੱਥੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ ਸੋ ਛਾਤੀ ਸੀਨੇ ਦੀ ਜਲਨ ਬੜੀ ਆਮ ਕਾਮਨ ਜੀ ਬਿਮਾਰੀ ਹੈ ਇਹਦਾ ਇਲਾਜ ਨਹੀਂ ਹੁੰਦਾ ਡਾਕਟਰ ਦਵਾਈਆਂ ਦਿੰਦੇ ਨੇ ਪਰ ਥੋੜੀ ਦੇਰ ਵਾਸਤੇ ਉਹਦਾ ਰਾਹਤ ਹੋ ਜਾਂਦੀ ਹੈ ਆਰਾਮ ਮਿਲ ਜਾਂਦੀ ਹੈ ਫਿਰ 5-10 ਮਿੰਟ ਬਾਅਦ ਜਦੋਂ ਦਵਾਈ ਦਾ ਅਸਰ ਖਤਮ ਹੋ ਜਾਂਦਾ ਫਿਰ ਉਹ ਬਿਮਾਰੀ ਵਾਪਸ ਆ ਜਾਂਦੀ ਹੈ ਫਿਰ ਉਵੇਂ ਹੀ ਮਨ ਨੂੰ ਤੰਗ ਕਰਦੀ ਹੈ ਦੁਖੀ ਕਰਦੀ ਹੈ ਚਲੋ ਆਪਾਂ ਹੁਣ ਇੱਥੇ ਗੱਲ ਕਰਦੇ ਆ ਜਦੋਂ ਛਾਤੀ ਤੇ ਇੱਥੇ ਜਿਆਦਾ ਖੱਟੇ ਖੱਟੇ ਧਕਾਰ ਆਉਂਦੇ ਨੇ ਤੇ ਛਾਤੀ ਇੱਥੇ ਬਹੁਤ ਜਿਆਦਾ ਜਲਨ ਹੁੰਦੀ ਹੈ ਸੰਗ ਵਿੱਚੋਂ ਲੈ ਕੇ ਤੇ ਛਾਤੀ ਦੇ ਤੁਰ ਤੱਕ ਇੱਥੇ ਤੱਕ ਬਹੁਤ ਜਿਆਦਾ ਜਦੋਂ ਜਲਨ ਹੁੰਦੀ ਹੈ ਤਾਂ ਕੀਤਾ ਕੀ ਜਾਵੇ ਸੋ ਇੱਕ ਨੁਕਸਾ ਇਹ ਰੱਤ ਨੁਕਸਾ ਹੈਗਾ ਅਪਣਾਓਗੇ ਤਾਂ ਉਹਦੇ ਨਾਲ ਤੁਹਾਨੂੰ ਆਰਾਮ ਛੇਤੀ ਆਵੇਗਾ ਵੀਡੀਓ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦੇਖੋਗੇ ਤੇ ਸਮਝੋਗੇ ਜਿੱਦਾਂ ਜਿੱਦਾਂ ਤੁਹਾਨੂੰ ਕਿਹਾ ਜਾਵੇਗਾ ਉਹਦਾ ਉਹਦਾ ਕਰੋਗੇ ਤਾਂ ਬਹੁਤ ਛੇਤੀ ਆਰਾਮ ਆਏਗਾ ਤੇ ਤੁਹਾਨੂੰ ਹੋਰਨਾਂ ਨੂੰ ਵੀ ਦੱਸਣਾ ਪਏਗਾ ਜਿਨ੍ਹਾਂ ਨੂੰ ਇਹ ਜੀ ਪ੍ਰੋਬਲਮ ਹੈਗੇ ਨਹੀਂ ਸੋ ਤੁਸੀਂ ਕੀ ਕਰਨੇ ਨੇ ਪੰਜ ਬਦਾਮ ਲੈਣੇ ਨੇ ਅਲਮੰਡ ਜਿਹਨੂੰ ਆਪਾਂ ਇੰਗਲਿਸ਼ ਵਿੱਚ ਅਲਮੰਡ ਕਹਿੰਦੇ ਨੇ ਤੇ ਪੰਜਾਬੀ ਵਿੱਚ ਇਹਨੂੰ ਬਦਾਮ ਕਹਿੰਦੇ ਨੇ ਪੰਜ ਬਦਾਮ ਲੈਣੇ ਆ ਤੁਸੀਂ ਪੰਜ ਬਦਾਮਾਂ ਨੂੰ ਜਦੋਂ ਤੁਸੀਂ ਲਿਆ ਹੱਥ ਦੀ ਤਲੇ ਰੱਖ ਲੈਣਾ ਇੱਕ ਬਦਾਮ ਤੁਸੀਂ ਮੂੰਜ ਪਾ ਲੈਣਾ ਉਹਨੂੰ ਚੰਗੀ ਤਰ੍ਹਾਂ ਚਬਾਣਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨੂੰ ਚਬਾ 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 ਕੇ ਉਹਦਾ ਮੂੰਹ ਦੇ ਵਿੱਚ ਪੂਰੀ ਤਰ੍ਹਾਂ ਪਤਲਾ ਜਾ ਪੇਸਟ ਬਣਾ ਲੈਣਾ ਇੱਕ ਬਦਾਮ ਦਾ ਸਾਰੇ ਇਕੱਠੇ ਮੂੰਜ ਨਹੀਂ ਪਾਣੇ ਨੇ ਪੰਜ ਬਦਾਮ ਹੱਥ ਦੀ ਤੱਲੀ ਤੇ ਰੱਖਣੇ ਨੇ ਇੱਕ ਇੱਕ ਬਦਾਮ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਜਦੋਂ ਪੂਰੀ ਤਰ੍ਹਾਂ ਪੇਸਟ ਬਣ ਜਾਏਗਾ ਉਸ ਪੇਸਟ ਨੂੰ ਫਿਰ ਤੁਸੀਂ ਹੌਲੀ ਹੌਲੀ ਸੰਗ ਦੇ ਥੱਲੇ ਉਹਦੇ ਥੱਲੇ ਲੰਗਾਣਾ ਹੌਲੀ ਹੌਲੀ ਦਾ ਕਰਨਾ ਜਦੋਂ ਉਹ ਪੂਰਾ ਬਦਾਮ ਪੇਸਟ ਦੇ ਨਾਲ ਥੱਲੇ ਚਲਾ ਜਾਏਗਾ ਉਸ ਤੋਂ ਬਾਅਦ ਤੁਸੀਂ ਦੂਜਾ ਬਦਾਮ ਖਾਣਾ ਦੂਜੇ ਬਦਾਮ ਨੂੰ ਵੀ ਇਸੇ ਤਰੀਕੇ ਨਾਲ ਇਸੇ ਵਿਧੀ ਅਨੁਸਾਰ ਚੰਗੀ ਤਰ੍ਹਾਂ ਚੂ ਕਰਨਾ ਹੈ ਚਪਾਣਾ ਹੈ ਦੰਦਾਂ ਦੇ ਨਾਲ ਉਹਨੂੰ ਚਿੱਠਣਾ ਹੈ ਜਦੋਂ ਇਹਨ ਮਲਾਈਮ ਪੇਸਟ ਬਣ ਜਾਵੇਗੀ ਨਾ ਉਹਦੇ ਬਦਾਮ ਦੀ ਤੁਹਾਨੂੰ ਪਤਾ ਲੱਗੇਗਾ ਤੁਹਾਡੇ ਮੂੰਹ ਚ ਸਾਰਾ ਬਦਾਮ ਦੇ ਨਾਲ ਪਾਣੀ ਪਰੇ ਜਾਏਗਾ ਉਹ ਜਦੋਂ ਤੁਸੀਂ ਉਹਨੂੰ ਵੀ ਹੌਲੀ ਹੌਲੀ ਪਹਿਲੇ ਬਦਾਮ ਦੀ ਤਰ੍ਹਾਂ ਹੋਲੇ ਹੋਲੇ ਥਲੇ ਲੰਗਾ ਲੋਗੇ ਨਾ ਗਰੰਟੀ ਤੁਸੀਂ ਜੇ ਇਹ ਪੰਜ ਪਿਤਾਮਾ ਨੂੰ ਇਸੇ ਵਿਧੀ ਅਨੁਸਾਰ ਇਸ ਦਾ ਸੇਵਨ ਕਰੋਗੇ ਤਾਂ ਤੁਹਾਨੂੰ 25 ਮਿੰਟਾਂ ਬਾਅਦ ਮਹਿਸੂਸ ਹੋ ਜਾਏਗਾ ਉਸ ਦੌਰਾਨ ਹੀ ਤੁਸੀਂ ਮਹਿਸੂਸ ਕਰੋਗੇ ਕਿ ਜਿਹੜੀ ਹਾਰਟ ਬਰਨਿੰਗ ਹੈ ਨਾ ਜਿਹੜੀ ਛਾਤੀ ਦੀ ਜਲਨ ਹੈ ਉਸ ਨੂੰ ਕਾਫੀ ਆਰਾਮ ਆਇਆ ਹੈ ਪੁਰਾਣੀ ਤੋਂ ਪੁਰਾਣੀ ਸਮੱਸਿਆ ਹੋਵੇ ਤੇ ਇਹ ਬਦਾਮਾਂ ਦਾ ਤੁਸੀਂ ਇਸ ਤਰੀਕੇ ਦੇ ਨਾਲ ਸੇਵਨ ਕਰੋਗੇ ਤੇ ਇਸ ਦੇ ਵਿੱਚ ਤੁਹਾਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਬਦਾਮਾਂ ਦੇ ਵਿੱਚ ਕਾਫੀ ਵਿਟਾਮਿਨਸ ਹੁੰਦੀਆਂ ਨੇ ਤੇ ਉਹ ਸਕਿਨ ਨੂੰ ਵੀ ਸੋਨਾ ਕਰਦੀਆਂ ਨੇ ਬਦਾਮਾਂ ਦੇ ਨਾਲ ਵਜ਼ਨ ਵੀ ਘਟਦਾ ਹੈ ਧੁਖ ਵੀ ਘਟ ਲੱਗਦੀ ਹੈ ਤੇ ਬਦਾਮ ਦਿਮਾਗ ਵਾਸਤੇ ਬਹੁਤ ਵਧੀਆ ਨੇ ਜਦਾਂ ਕਿ ਤੁਸੀਂ ਬੱਚਿਆਂ ਨੂੰ ਵੀ ਦੇ ਦੋ ਉਹਨਾਂ ਦੇ ਹੱਡੀਆਂ ਵੀ ਜ਼ਿਆਦਾ ਮਜ਼ਬੂਤ ਹੁੰਦੀਆਂ ਨੇ ਦਿਮਾਗਾਂ ਨੂੰ ਤਾਕਤ ਮਿਲਦੀ ਹੈ ਜੇ ਕਿਸੇ ਪਰੇਸ਼ਾਨੀ ਕਰਕੇ ਤੁਸੀਂ ਪਰੇਸ਼ਾਨ ਹੈਗੇ ਹੋ ਤਾਂ ਬਦਾਮ ਖਾ ਲੋ ਬਦਾਮ ਦੇ ਨਾਲ ਦਿਮਾਗ ਵੀ ਤਾਕਤ ਮਿਲਦੀ ਹੈ ਬਦਾਮ ਨੂੰ ਇਸ ਸੀਧੇ ਵਿਧੀ ਪਰ ਖਾਣੇ ਦੀ ਵੀ ਦੀ ਜਦੋਂ ਵੀ ਖਾਓ ਇਸ ਤਰੀਕੇ ਨਾਲ ਖਾਓ ਜਿਹੜੀ ਵਿਧੀ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਆ ਇੱਕ ਬਦਾਮ ਨੂੰ ਚੰਗੀ ਤਰ੍ਹਾਂ ਚਬਾ ਲਓ ਚਬਾ ਚਬਾ ਕੇ ਚਿੱਠੀ ਚਿੱਤ ਕੇ ਉਹਨੂੰ ਬਿਲਕੁਲ ਐਨ ਜਿਦਾ ਅਸੀਂ ਗ੍ਰੈਂਡਰ ਵਿੱਚੋਂ ਬਦਾਮਾਂ ਨੂੰ ਪਾ ਕੇ ਪੀਸੀ ਦੇਣਾ ਐਨ ਉਹਨੂੰ ਪਤਲਾ ਦੁੱਧ ਵਾਂਗੂ ਪਾਣੀ ਵਾਂਗੂ ਬਦਾਮ ਮੂੰਚ ਚਿੱਤ ਚਿੱਤ ਕੇ ਕਰਕੇ ਫਿਰ ਹੌਲੀ ਹੌਲੀ ਸੰਗ ਵਿੱਚ ਉਹਨੂੰ ਥੱਲੇ ਲੈ ਕੇ ਜਾਣਾ ਜਦੋਂ ਆਪਾਂ ਇਦਾਂ ਕਰਾਂਗੇ ਸਾਨੂੰ ਇਸ ਲੰਮੀ ਅਸਥੀ ਦੀ ਬਿਮਾਰੀ ਤੋਂ ਛੇਤੀ ਹੀ ਰਾਹਤ ਮਿਲ ਜਾਏਗੀ ਆਰਾਮ ਮਿਲ ਜਾਏਗਾ ਫਿਰ ਦੇਖਣਾ ਕਿਵੇਂ ਐਸ ਸਮੱਸਿਆ ਹੱਲ ਹੁੰਦੀ ਹੈ ਪਰ ਇਹਨੂੰ ਜ਼ਰੂਰ ਜਿਵੇਂ ਵਿਧੀ ਤੁਹਾਨੂੰ ਦੱਸੀ ਗਈ ਹੈ ਉਸੇ ਅਨੁਸਾਰ ਕਰਨਾ ਤਾਂ ਆਰਾਮ ਹੋਏਗੀ ਜੇ ਤੁਸੀਂ ਮੁੱਠ ਭਾਰੀ ਤੇ ਫਟਾਫਟ ਖਾ ਲੋਗੇ 50 ਮਿੰਟਾਂ ਵਿੱਚ ਸਾਰੇ ਬਦਾਮਾਂ ਨੂੰ ਫਿਰ ਤੁਹਾਨੂੰ ਰਾਹਤ ਨਹੀਂ ਮਿਲਣੀ ਪਰ ਜਿਹੜੀ ਵਿਧੀ ਇਹਨੂੰ ਅਨੁਸਾਰ ਤੁਹਾਨੂੰ ਦੱਸਿਆ ਗਿਆ ਉਸੇ ਵਿਧੀ ਅਨੁਸਾਰ ਤੁਸੀਂ ਬਦਾਮ ਨੂੰ ਖਾਓਗੇ ਤਾਂ ਸਰੀਰ ਤੁਹਾਡਾ ਵਾਪਸ ਇੱਕਦਮ ਤੰਦਰੁਸਤ ਹੋਏਗਾ ਪਿਛਲੇ 20 ਸਾਲਾਂ ਦੀ ਜਿਹੜੀ ਤੁਹਾਡੇ ਹਾਰਟ ਬਰਨਿੰਗ ਦੀ ਪ੍ਰੋਬਲਮ ਸੀ ਛਾਤੀ ਦੀ ਜਲਣ ਦੀ ਪ੍ਰੋਬਲਮ ਇਹ ਸਾਰੀ ਖਤਮ ਹੋ ਜਾਏਗੀ ਨਾਲੇ ਬਦਾਮ ਖਾਣ ਦੇ ਨਾਲ ਦਿਮਾਗ ਵੀ ਤੇਜ਼ ਹੋਏਗਾ ਹੱਡੀ ਵੀ ਮਜ਼ਬੂਤ ਹੋਣਗਿਆ ਚਿਹਰੇ ਤੇ ਵੀ ਇੱਕ ਚਮਕ ਆਵੇਗੀ ਜ਼ਰੂਰ ਇਸ ਨੁਕਸੇ ਨੂੰ ਅਪਣਾਣਾ ਤੇ ਖਾਣਾ ਤੇ ਕੀ ਕਰਨਾ ਖਾਣ ਦੇ ਨਾਲ ਚੰਗਾ ਸੋਚਣਾ ਵਿਦਿਆਪੋਲਣਾ ਤੇ ਹਮੇਸ਼ਾ ਹੱਸਦੇ ਖੇਡਦੇ ਰਹਿਣਾ ਖੁਸ਼ ਰਹਿਣਾ ਚੰਗੇ ਵਿਚਾਰ ਤਾਰਨ ਕਰਨੇ ਕਿਉਂਕਿ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਕੋਈ ਵੀ ਆਪਾ ਦਵਾਈ ਖਾਣੇ ਜੇ ਸਾਡੇ ਵਿਚਾਰੇ ਚੰਗੇ ਨਹੀਂ ਨੇ ਤਾਂ ਅਸੀਂ ਸੇਤ ਚੰਗੀ ਨਹੀਂ ਬਣਾ ਸਕਾਂਗੇ ਸੋ ਹਸਤੇ ਖੇੜਦੇ ਵਸਤੇ ਰਹੋ ਦੇਖਦੇ ਰਹੋ ਪੰਜਾਬੀ ਵਿਰਾਸਤ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ